ਮੇਰੀ ਬਾਈਕ ਉੱਤੇ ਕੌਣ ਬੈਠੂਗੀ ਅੱਲੜਾਂ ਦੀ। अभी मैं नहा भी नहीं हूँ, अभी चाय पीनी है मुझे, और मेरी फ्रेंड्स आने वाली है घर पे, तो मैं उनके साथ स्कूल चली जाऊँगी। और मेरी ड्रेस गंदी हो रही थी तो इसलिए मैंने घर के कपड़े डाले हैं। जय माता दी। जी हेलो गाइस, हम चाय पी रहे हैं जी। या चाय बा, मैं भूल जा रहा हूँ। बाय बाय, सवेरे जाऊंगा। बाय। हुन कितने जा रहे हो? मैं स्कूल। स्कूल देखो मेरा भाई। स्कूल की दिन आ जाऊंगे पापा मेरे नाल नहीं जाते? चल मैं छड़ के आनी हाँ। क्यों? मेरे पापा ही बढ़िया कहते, मेरे पापा ही बढ़िया। मैनू भी जसू वधिया। ब्यूटी आप करते कम जी सारा घर का, कल्ले रह गए हैं, फिर मिलते हैं थोनू नहा नू के। खंडारा बहुत पिया पिया करते हैं जी आप कम। आ देखो लड़वाल साहब खंडार पा के जाते हैं। तर किचन च देख लो कम ही कम। इधर तनीशा होर दा कमरा, मिलते हैं नहा नू के। हेलो, हाँ जी आप नहा ले हाँ तो कम भी कर लिया। हाँ देखो सारा खंडारा साम दिता। सारा काम कर लिया अपने, बर्तन भी साफ कर दिए। तीशू हर्षिता जशमन सारे आ गए ने, ते अपन लवाने हूँ मेहंदी। हाँ जी थानू दस दें कि अपने मेहंदी क्यों लवानी है। अपने मेहंदी तो लवानी है कल है मम्मी होते जागरण ते अवि का बर्थडे। आपा गिफ्ट भी लेके आए, अभी ले थोनू दिखाने हैं गिफ्ट भी। देखो जी तनीशा हर्षिता आ रही है, आप छत पे आ गया। तो हर्षिता का भी सिर धोता, तो टीशू का भी धोता, तो उस तो बाद लवाने इन्हें मेहंदी। पहला मैं लवा लैनी हूँ, फिर बच्चे भी लवा देंगे। मेहंदी लाने ले आई है वंशु, साढ़ा लवा रहे हैं जशू मेहंदी।
ਲਵਾਣਾ ਵੇ ਤੈਨੂੰ ਵਧੀਆ ਲੱਗਦੀ ਹੈ ਅਜਾ ਮੈਂ ਕਲਾ ਲਿਆ ਮਹਿੰਦੀ ਲਵਾ ਦਿਓ ਫਿਰ ਤੋਂ ਲਾ ਰਿਆ ਮੈਂ ਫਿਰ ਤੋਂ ਲਵਾ ਰਿਆ ਠੀਕ ਹੈ ਕੱਲੋਂ ਕਿੱਥੇ ਚੱਲਾਂਗੇ ਆਪਾਂ ਮੁੜਕ ਅਭੀ ਤੇ ਵੱਡੇ ਤੇ ਹਨਾ ਹਾਂ ਉਹਨਾਂ ਨੂੰ ਲੈ ਕੇ ਬੰਦਾ ਭੇਜ ਦੇ ਰਿਆ ਹੈ ਗਿਫਟ ਵੀ ਲੈ ਕੇ ਆਇਆ ਹਨਾ ਆਪਾਂ ਵਧੀਆ ਲੱਗਦਾ ਭੇਜ ਦੇ ਰਿਆ ਤਾਂ ਤੈਨੂੰ ਵਾਲੀ ਮਹਿੰਦੀ ਹੁਣ ਹਰਸ਼ਿਤਾ ਲਗਾਉਣ ਲੱਗੀ ਪਈ ਹੈ ਹਰਸ਼ਿਤਾ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਮੈਨੂੰ ਵੀ ਲਵਾ ਲਿਆ ਪਿੱਛੇ ਲਾ ਦੇ आ चुके हैं और हमने मेहंदी भी उतार ली है तो अभी मम्मी और शॉपिंग करके भी आ गए क्या लेके आए हो हम थोड़ा ये पर्सनल सामान लेके आए हैं एक मेरी कोटी लेके आई है कोटी लेके आओ कहाँ पे अलमारी में भी है पापा चल रहा साढ़े मून फंक्शन तो असं इस टाइम बैठे हाँ नाभे च साडा भी बड़ा दिल करता सी कि असं भी मून जाइए पर बट गल की तनीशा हुण दे पेपर चल रहे हैं ता करके असं जा नहीं ना सके है तो असं जावे सवेरे जागरण के दिन दे दिन जावे तो परसों वापसी हो जानी है देखो जी ये कोटी लैके आई है ਸਾਨੇ ਆ ਕੇ ਨੀਚੇ ਖਾਣਾ ਪੀਣਾ ਵੀ ਬਣਾ ਲਿਆ ਸੀਗਾ ਨੀਚੇ ਵੀ ਆ ਗਏ ਸੀ ਅਸੀਂ ਮਾਰਕੀਟ ਵੀ ਜਾ ਆਏ ਤਾਂ ਕਰਕੇ ਦੁਬਾਰੇ ਬਲੌਗ ਬਣਾਉਣ ਦਾ ਸਮਾਂ ਨਹੀਂ ਲੱਗਿਆ ਹੈਗਾ ਤਾਂ ਇਸ ਕਰਕੇ ਅਸੀਂ ਹੁਣ ਬਲੌਗ ਬਣਾਉਣ ਲੱਗੇ ਹਾਂ ਤਾਂ ਹੁਣ ਅਸੀਂ ਥੋੜ੍ਹੀ ਦੇਰ ਬਾਅਦ ਸੌਣ ਦੀ ਵੀ ਤਿਆਰੀ ਕਰਦੇ ਹਾਂ ਅਤੇ ਮਿਲਦੇ ਹਾਂ ਥੋੜ੍ਹੀ ਦੇਰ ਬਾਅਦ ਜੀ ਇਹ ਗਿਫਟ ਲੈ ਕੇ ਆਇਆ ਵੀ ਲਈ ਬਲੈਂਕਟ ਦੇਖੋ ਜੀ ਇਹ ਡਬਲ ਬੈੱਡ ਦਾ ਬਲੈਂਕਟ ਹੈ ਉਹਨੇ ਕਿਹਾ ਸੀ ਕਿ ਬੂਆ ਮੈਨੂੰ ਬੈੱਡ ਲਿਆ ਦਿਉ ਜਾਂ ਮੈਨੂੰ ਕੱਪੜੇ ਲਿਆ ਦਿਉ ਆਪਾਂ ਸਾਰੇ ਨਾਲ ਵਧੀਆ ਗਿਫਟ ਲੈ ਕੇ ਆਏ ਹਾਂ ਕਿ ਸਾਰਿਆਂ ਨੂੰ ਪਸੰਦ ਆਵੇ ਸਾਰੇ ਨਾਲ ਟੌਪ ਦਾ ਬਲੈਂਕਟ ਲੈ ਕੇ ਆਏ ਹਾਂ ਚਲੋ ਮਿਲਦੇ ਹਾਂ ਆਪਾਂ ਮਹਿੰਦੀ ਲਵਾ ਕੇ ਠੀਕ ਹੈ ਜੀ ਕੱਲ੍ਹ ਚੱਲਦੇ ਹਾਂ ਫਿਰ ਆਪਾਂ ਮੂਣਕ ਜਾਦਰਾਂ 'ਤੇ ਅਤੇ ਅਭੀ 'ਤੇ ਵੱਡੇ 'ਤੇ ਹੁਣ ਅਸੀਂ ਲੱਗੇ ਹਾਂ ਸੌਣ ਸਾਨੂੰ ਸਵੇਰੇ ਛੇਤੀ ਉੱਠਣਾ ਤਾਂ ਕਰਕੇ ਬਹੁਤ ਜ਼ਿਆਦਾ ਨੀਂਦ ਆ ਰਹੀ ਆ ਤੇਰੀ ਮਹਿੰਦੀ ਦਿਖਾਇਓ ਕਿਹਾ ਜੀ ਸਵੇਰੇ ਬਹੁਤ ਸਾਰੇ ਸੋਹਣੇ ਰੁਚੀ ਜਾਂਦੇ ਮੇਰੇ ਵੀ ਆਏ ਜੀ ਰਿਐਕਸ਼ਨ ਕਰ ਗਏ ਸੀ ਪਿੱਛੇ ਏਅਰਿੰਗ ਮੈਨੂੰ ਦਿੱਤੀ ਹੈ ਐਨਵਰਸਰੀ ਦੀ ਐਨਵਰਸਰੀ ਤਾਂ ਹਾਲਾਂਕਿ ਸਾਡੀ ਪਰਸੋਂ ਨੂੰ ਹੈ ਮੈਨੂੰ ਪਹਿਲੀ ਦਿੱਤੀ ਰਿੰਗ ਚਾਂਦੀ ਦਿੱਤੀ ਹੈ ਨਗ ਵਾਲੀ ਗੁਣਵਾ ਕੇ ਤਾਂ ਆਪਾਂ ਲੱਗੇ ਹੁਣ ਸੋਹਣ ਪੌਣੇ 11 ਹੋ ਗਏ ਹੈ ਚਸ਼ਮਾ ਨਾ ਕੀ ਕਰ ਰਿਹਾ ਚਲੋ ਗੁੱਡ ਨਾਈਟ ਤਾਂ ਕਰ ਦਿਓ ਹੁਣ ਸਵੇਰੇ ਕਰਿਓ ਤੈਨੂੰ ਕਿਹੜਾ ਸਕੂਲ ਜਾਣਾ ਸੁਬਹ ਨਾਨੀ ਕੇ ਚੱਲੇਗਾ ਨਾ ਨਹੀਂ ਤੁਸੀਂ ਐਂ ਦੱਸੋ ਜਾਗਰਣ 'ਚ ਜਾਣਾ ਸਵੇਰੇ ਹੈਪੀ ਬਰਥਡੇ 'ਤੇ ਮੈਂ ਵੀ ਚੱਲੂੰਗੀ ਮੈਨੂੰ ਵੀ ਲੈ ਜਿਓ ਠੀਕ ਹੈ ਤਨੀਸ਼ਾ ਨੀਂਦ ਆ ਰਹੀ ਹੈ ਕਿੰਨੀ ਕੁ ਚਲੋ ਜਿਹਨੇ ਚੱਲਣਾ ਬਾਹਰ ਚੱਲੋ ਦੋ ਮਿੰਟ ਬਾਥਰੂਮ ਬਥਰੂਮ ਕਰਨਾ ਅਤੇ ਚਲੋ ਫਿਰ ਸੋ ਜਾਓ ਚਲੋ ਜੀ ਗੁੱਡ ਨਾਈਟ ਗੁੱਡ ਨਾਈਟ ਮਿਲਦੇ ਹਾਂ ਸਵੇਰੇ ਸਵੇਰੇ ਤਾਂ ਹਰਸ਼ਿਤਾ ਹੋਰ ਬਗੈਰ ਠਾਏ ਤੋਂ ਹੀ ਉੱਠਣਗੇ ਹੈ ਨਾ ਹਰਸ਼ਿਤਾ ਸਵੇਰੇ ਕਿੱਥੇ ਜਾਣਾ ਪਹਿਲਾਂ ਸਕੂਲ ਫਿਰ ਸਕੂਲ ਦੇ ਚਾਅ 'ਚ ਨਹੀਂ ਉੱਠਣੇ ਹੈਗੇ ਵੈਸੇ ਤਾਂ ਉੱਠੋਗੇ ਹੀ ਨਾਨੀ ਦੇ ਚਾਅ 'ਚ ਵੀ ਨਾਨੀ ਘਰ ਜਾਣਾ ਹੈ ਨਾ ਚਲੋ ਜੀ ਗੁੱਡ ਨਾਈਟ ਲੱਗਿਆ ਸੋਹਣ ਪੌਣੇ 11 ਹੋ ਗਏ ਜੀ ਠੀਕ ਹੈ